ਮਲਾਜ਼ਮਾਂ ਦੀ ਜਥੇਬੰਦੀ ਲੈ ਕੇ ਕੰਟਰੋਲ ਲੈ ਲਈ ਸਾਡਾ ਸੁਰਕਨਾਰ ਜੀ ਦੇ ਕੋਲ ਸਾਡਾ ਸੋ ਜਿੰਨਾ ਵੀ ਮੈਂ ਬਰਾਬਰ ਯਾਗੀ ਕੁੱਤਾ अज तो पहला तो मैं सारे मेरे उरे जिन्हें भी वख वख यूनियन के नगर निगम पटियाले दियां जथेबंदियां दे प्रधान दवान जनरल सैकटरी ते कैशियर साहबान आए ने असीं उन्हां दा तह दिलों शुक्रगुजार करते हैं ताकि एक दलित बेटी लई इत्थे रोस जताने लई क्योंकि इन्हां दे विचों कई जनरल कैटागरी दी भी ने असीं उन्हां दा तह दिलों शुक्रगुजार करते हैं इत्थे फारा चौंक ते पहुंचण लई धरने दे विच शामिल होण दे लई ते जिहड़ा भी इह योगी सरकार ने गलत नीति बनाई आ हिंदू रीति रिवाज दे हिसाब दे नाल रात नूं जिहड़ा उन्हां दा संस्कार कराया गया आ ते असीं इहदे बिल्कुल वरखिलाफ़ हाँ। जे साडी उस कुड़ी दे परिवार नूं ना इंसाफ मिलिया तां असीं सारे जिन्हें भी ਮਹੱਲਿਆਂ ਦੇ ਪ੍ਰਧਾਨ ਦੀਵਾਨ ਇਕੱਠੇ ਹੋ ਗਏ ਜਿੱਦਾਂ ਕਿ ਅਸੀਂ ਪਿੱਛੇ ਜੇ ਪੂਰੇ ਭਾਰਤ ਦੇ ਵਿੱਚ 2 ਅਪ੍ਰੈਲ ਦਾ ਧਰਨਾ ਦਿੱਤਾ ਸੀ ਸੋ ਅਸੀਂ ਉਦਾਂ ਦਾ ਇੱਕ ਧਰਨਾ ਕਰਨ ਜਾ ਰਹੇ ਛੇਤੀ ਹੋਈ ਤੇ ਅਸੀਂ ਇਸ ਮਾਧਾ ਤੁਹਾਡੇ ਚੈਨਲ ਦੇ ਉੱਪਰੋਂ ਇੱਕ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਤੇ ਪਰਿਵਾਰ ਨੂੰ ਕਿ ਅਮਨ ਸ਼ਾਂਤੀ ਬਣਾਏ ਰੱਖਣ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਣ ਪ੍ਰਸ਼ਾਸਨ ਦੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਉੱਥੇ APP ਚੈਨਲ ਤੋਂ ਕਈ ਚੈਨਲਾਂ ਦੀਆਂ ਕੁੜੀਆਂ ਸਾਡੀਆਂ ਧੀਆਂ ਬੇਟੀਆਂ ਉੱਥੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਜਦੋਂ ਰੋਕਿਆ ਗਿਆ ਤਾਂ ਕਿ ਉਹ ਵੀ ਸਾਡੇ ਲਈ ਬਹੁਤ ਵੱਡਾ ਕੰਮ ਕਰ ਰਹੀਆਂ ਨੇ ਉੱਥੇ ਵਕੀਲ ਲੇਡੀਜ਼ ਪਹੁੰਚੇ ਜਿਨ੍ਹਾਂ ਨੇ 2012 ਦੇ ਵਿੱਚ ਇੱਕ ਇਦਾਂ ਦਾ ਹੀ ਬਲਤਕਾਰੀ ਕੇਸ ਲੜਿਆ ਸੀ ਸੋ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ ਅਸੀਂ ਸਾਡਾ ਪੂਰਾ ਵਾਲਮੀਕ ਸਮਾਜ ਉਹਨਾਂ ਨੂੰ ਸੈਲੂਟ ਕਰਦਾ ਆ APP ਚੈਨਲ ਨੂੰ ਤੇ ਉਹਨਾਂ ਨੂੰ ਵਕੀਲ ਸਾਹਿਬ ਨੂੰ ਅਸੀਂ ਉਹਨਾਂ ਦੇ ਬਿਲਕੁਲ ਨਾਲ ਖੜੇ ਆ ਸੋ ਜੇ ਉਸ ਪਰਿਵਾਰ ਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਅਸੀਂ ਪੂਰਾ ਜਿੱਦਾਂ ਕਿ 2 ਅਪ੍ਰੈਲ ਬੰਦ ਹੋਇਆ ਸੀ ਤੋ ਅਸੀਂ ਸਾਰੀਆਂ ਮਹੱਲੇ ਦੀਆਂ ਜਿੰਨੀਆਂ ਵੀ ਸਾਡੀਆਂ ਸੁਸਾਇਟੀਆਂ ਜਿੰਨੇ ਵੀ ਸਾਡੇ ਸਮਾਜ ਦੇ ਧਰਮ ਸੰਗਠਨ ਨੇ ਉਹ ਸਾਰਿਆਂ ਨੂੰ ਨਾਲ ਲੈ ਕੇ 2 ਅਪ੍ਰੈਲ ਦੀ ਤਰ੍ਹਾਂ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਪੂਰੇ ਪੰਜਾਬ ਦੇ ਵਿੱਚ। ਅਸੀਂ ਧੰਨਵਾਦੀ ਹੈ ਤੁਹਾਡੇ ਜਿਹੜੇ ਪਟਿਆਲਾ ਦੇ ਸਾਡੇ ਪ੍ਰੈਸ ਵਾਲੇ ਵੀਰ ਨੇ ਸਾਡੀ ਆਵਾਜ਼ ਸਾਡੀ ਧੀ ਦੀ ਸਾਡੀ ਬੇਟੀ ਦੀ ਆਵਾਜ਼ ਸੁਣਨ ਲਈ ਸਾਡੇ ਵਿੱਚ ਪਹੁੰਚੇ ਨੇ। ਅਸੀਂ ਆਪਣੀ ਪੂਰੀ ਯੂਨੀਅਨਾਂ ਜਿਹੜੀਆਂ ਸਾਡੀ ਨਗਰ ਨਿਗਮ ਦੀਆਂ 5 ਯੂਨੀਅਨਾਂ ਵੱਲੋਂ ਰਲ ਕੇ ਇਹ ਬੇਟੀ ਜਿਹੜੀ ਸਾਡੀ UP ਦੇ ਵਿੱਚ ਮਨੀਸ਼ਾ ਬੇਟੀ ਦੇ ਨਾਲ ਉੱਥੋਂ ਦੇ ਜਿਹੜੇ ਗੁੰਡੇ ਮੈਂ ਤਾਂ ਗੁੰਡਿਆਂ ਹੀ ਕਹੂੰਗਾ ਕਿ ਜਿਨ੍ਹਾਂ ਨੇ ਸਾਡੀ ਬੇਟੀ ਨਾਲ ਬੜੀ ਬੇਰਹਿਮੀ ਦੇ ਨਾਲ ਬੜੀ ਦਰਿੰਦਗੀ ਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਔਰ ਉਸ ਤੋਂ ਬਾਅਦ ਉਹਦੀ ਰੀੜ੍ਹ ਦੀ ਹੱਡੀ ਤੋੜੀ ਗਈ, ਉਹਦੀ ਗਰਦਨ ਤੋੜੀ ਗਈ, ਉਹਦੀ ਜੀਭ ਕੱਟੀ ਗਈ ਔਰ ਸਭ ਤੋਂ ਬੜੀ ਮਾੜੀ ਗੱਲ ਤਾਂ ਇਹ ਹੈ ਕਿ ਉਸ ਬੇਟੀ ਦਾ ਜਿਹੜਾ ਸੰਸਕਾਰ ਹੈ ਉਹ ਵੀ ਪੂਰੇ ਰੀਤੀ ਰਿਵਾਜ਼ ਨਾਲ ਨਹੀਂ ਕੀਤਾ ਗਿਆ। ਇਹ ਕਿਆ ਮਜਬੂਰੀ ਸੀ ਉੱਥੇ ਦੀ UP ਸਰਕਾਰ ਦੀ, UP ਪੁਲਿਸ ਦੀ ਕਿ ਉਹਨਾਂ ਨੇ ਰਾਤੋਂ ਰਾਤ ਸੰਸਕਾਰ ਕੀਤਾ। ਸੋ ਅਸੀਂ ਧੰਨਵਾਦੀ ਹੈ ਤੁਹਾਡਾ ਇੱਥੇ ਪਹੁੰਚਣ ਦੇ ਕਿ ਤੁਸੀਂ ਸਾਡੀ ਆਵਾਜ਼ ਸੁਣਨ ਲਈ ਇੱਥੇ ਆਏ ਹੋ ਔਰ ਅਸੀਂ ਆਪਣੀ ਮਿਊਂਸੀਪਲ ਵਰਕਰ ਯੂਨੀਅਨ ਵੱਲੋਂ, ਸਿਪਰ ਯੂਨੀਅਨ ਵੱਲੋਂ, ਠੇਕਾ ਵਰਕਰ ਯੂਨੀਅਨ ਵੱਲੋਂ, ਡਰਾਈਵਰ ਯੂਨੀਅਨ ਵੱਲੋਂ, ਟੈਕਨੀਕਲ ਯੂਨੀਅਨ ਵੱਲੋਂ ਤੁਹਾਡਾ ਇੱਥੇ ਪਹੁੰਚਣ ਦੇ ਧੰਨਵਾਦ। ਜੈ ਵਾਲਮੀਕਿ। ਕਾਰਨ ਸਮਝੋ ਤੁਹਾਡੇ ਇੱਥੇ 19 ਸਿਕਿਉਰਿਟੀ ਲਗਾਈ ਗਈ ਆ ਉੱਥੇ ਪਰਿਵਾਰ ਪਿੰਡ ਜਿਹੜਾ ਕਿੱਥੇ ਰਿਹਾਇਸ਼ੀ ਉਹਦੀ ਅਤੇ ਸਾਰੀ ਸਿਕਿਉਰਿਟੀ ਨਾਲ ਸੀਲ ਕੀਤਾ ਗਿਆ, ਪੱਤਰਕਾਰਾਂ ਉੱਥੇ ਜਾਣੇ ਤਿਆਰ ਹੈ। ਕੀ ਸਮਝੋ ਕੀ ਕਾਰਨ ਹੈ? ਕਿਉਂ ਇਹ ਕੋਈ ਕਾਰਨ ਹੈ ਜੀ ਉੱਥੇ ਤਾਂ ਹੀ ਨਹੀਂ ਉਹ ਪੱਤਰਕਾਰਾਂ ਨੂੰ ਜਾਣ ਦੇ ਰਹੇ? ਜੇ ਕੋਈ ਸੱਚ ਹੁੰਦੀ UP ਸਰਕਾਰ ਦੀ ਜਾਂ UP ਪੁਲਿਸ ਦੀ, ਰਾਤ ਮੈਂ ਚੈਨਲ ਦੇ ਉੱਪਰ ਦੇਖਿਆ ਕਿ ਉੱਥੇ ਦਾ ਜਿਹੜਾ SDM ਹੈ ਉਹ ਇੱਕ ਦੇਖੋ ਬੇਟੀ ਦੇ ਨਾਲ 19 ਸਾਲ ਦੀ ਜਿਹਨੇ ਹਜੇ ਜਵਾਨੀ ਦੇ ਵਿੱਚ ਪੈਰ ਰੱਖਿਆ ਸੀ ਉਹਦੀ ਜਿਹੜੀ ਜੋ ਉਹਦੇ ਨਾਲ ਮਾੜੀ ਘਟਨਾ ਵਾਪਰੀ ਹੈ ਉਹਦੀ ਘਟਨਾ ਤੋਂ SDM TV ਚੈਨਲਾਂ ਦੇ ਉੱਪਰ ਦਿਖ ਰਿਹਾ ਕਿ ਹੱਸ ਰਿਹਾ। ਚਲੋ ਪ੍ਰਿੰਸ ਜੀ, ਦਬਾਇਆ ਜਾ ਰਿਹਾ ਮਾਮਲਾ ਇਹਦਾ? ਬਿਲਕੁਲ ਦਬਾਇਆ ਜਾ ਰਿਹਾ ਜੀ। ਪਿਛਲੇ 14-15 ਤਰੀਕ ਦੀ ਗੱਲ ਹੈ, ਅੱਜ ਦੇਖੋ ਤਰੀਕ 3 ਹੋ ਗਈ, ਹੁਣ ਤੱਕ ਮੀਡੀਆ ਨੂੰ ਨਹੀਂ ਜਾਣ ਦਿੱਤਾ ਗਿਆ। 8-10 ਦਿਨ ਉਹਦੀ FR ਨਹੀਂ ਲੋਜ ਹੋਈ। ਇਸ ਕਰਕੇ ਸਾਡੀ ਬੇਨਤੀ ਹੈ ਵੀ ਜੇ ਇਸ ਕੁੜੀ ਨੂੰ ਜਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਨਾ ਦਿੱਤੀ ਗਈ ਤਾਂ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ, ਬਿਨੀ ਜੀ ਨੇ ਦੱਸਿਆ ਕਿ ਜਿਸ ਤਰ੍ਹਾਂ ਪੂਰਾ ਭਾਰਤ 2 ਅਪ੍ਰੈਲ ਨੂੰ ਬੰਦ ਹੋਇਆ ਸੀ, ਪੂਰਾ ਭਾਰਤ ਹਿਲਾਇਆ ਗਿਆ ਸੀ, ਇਸ ਤਰੀ ਫੇਰ ਦੁਬਾਰਾ ਹਿਲਾਇਆ। ਤੁਸੀਂ ਕੋਸ਼ਿਸ਼ ਕਰੋਗੇ ਉਹਦੇ ਪਰਿਵਾਰ ਨੂੰ ਮਿਲਣ ਦੀ ਜਾਣ ਦੀ? ਬਿਲਕੁਲ ਜਾਵਾਂਗੇ ਜੀ, ਅਸੀਂ ਆਪਣੀ ਯੂਨੀਅਨ ਜਥੇਬੰਦੀਆਂ ਵੱਲੋਂ ਜਾ ਕੇ ਆਵਾਂਗੇ ਔਰ ਅਸੀਂ ਤੁਹਾਡੇ ਚੈਨਲ ਤੋਂ ਵੀ ਉਹਨਾਂ ਨੂੰ, ਜੇ ਉਹਨਾਂ ਤੱਕ ਤੁਹਾਡੇ ਤੋਂ ਚੈਨਲ ਦੇ ਥਰੂ ਸਾਡੀ ਆਵਾਜ਼ ਜਾਂਦੀ ਹੈ ਤਾਂ ਅਸੀਂ ਉਸ ਪਰਿਵਾਰ ਨੂੰ ਇਹੀ ਬੇਨਤੀ ਕਰਾਂਗੇ ਵੀ ਕਿਸੇ ਤੋਂ ਡਰਨ ਦੀ ਲੋੜ ਨਹੀਂ, ਕਿਸੇ ਤੋਂ ਝੁਕਣ ਦੀ ਲੋੜ ਨਹੀਂ,
अपने नाल मीडिया और पूरी जनता भारत की उन्होंने नाल है। इस करके साड़ी बेनती है कि वह डरना बिल्कुल दबरना, जो सच है वो तो सामने है जी।